साढ़े सारे नौजवान अलग अलग पिंडों तो ट्रैक्टर ट्रालियां लैके असी जिन्हों कि फुकरे कह के गिणा जाता सीगा सारे नौजवान किमें जी सेवा निभा रहे हैं गे सारे नौजवानों का मैं धन्यवाद करदा। दस दस लख दे कई दा ट्रैक्टर खराब हो गए इत्थे भाई सारे ਯਾਲਾ ਵੀਰੇ। ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਥਾਵਾਂ ਤੋਂ ਭਰਾਵਾਂ ਦੇ ਫੋਨ ਆ ਰਹੇ ਸੀਗੇ ਕਿ ਭਾਈ ਪਟਿਆਲੇ ਦੇ ਹਾਲਾਤ ਕੀ ਨੇਗੇ। ਪਟਿਆਲੇ ਦੇ ਤੁਹਾਨੂੰ ਦੱਸ ਦਈਏ ਕਿ 2 ਕੁ ਫੁੱਟ ਜਿਹੜਾ ਪਾਣੀ ਆ ਹੀਰਾਨਗਰ ਦੇ ਵਿੱਚ ਖੜਿਆ ਸੀ ਅਰਬਨ ਸਟੇਟ ਦੇ ਵਿੱਚੋਂ ਠੀਕ ਹੋ ਗਿਆ। 2-2 ਕੁ ਫੁੱਟ ਪਾਣੀ ਰਹਿ ਗਿਆ ਜਿੱਥੇ 6-6 5-5 ਫੁੱਟ ਪਾਣੀ ਸੀਗਾ। ਇੱਥੋਂ ਦੇ ਹਾਲਾਤ ਬਿਲਕੁਲ ਠੀਕ ਨੇਗੇ। ਆ ਪਿੱਛੇ ਇੱਧਰ ਬਹੁਤ ਸਾਰੀਆਂ ਸਾਡੇ ਭਰਾ ਸਾਰੀ ਟੀਮ ਇਹਨਾਂ ਦੇ ਉਹ ਟਰਾਲੀਆਂ ਫਿਰਦੀਆਂ ਨੇਗੀਆਂ ਪਿੱਛੇ ਸਾਰੀਆਂ ਰਾਸ਼ਨ ਵੰਡਦੀਆਂ। ਇੱਥੇ ਰਾਸ਼ਨ ਦੀ ਜਿਹੜੀ ਕੋਈ ਦਿੱਕਤ ਨਹੀਂ ਆ ਰਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ। ਪਰ ਹੁਣ ਮੈਂ ਬੇਨਤੀ ਉਹ ਕਰਦਾ, ਇੱਕ ਤਾਂ ਅਸੀਂ ਵੀ ਕਹਿੰਦੇ ਹਾਂ ਜੇ ਸਾਡੀਆਂ ਸਾਰੀਆਂ ਟੀਮਾਂ ਨੇ ਸਾਰੇ ਮੁੰਡਿਆਂ ਦੀਆਂ ਜੇ ਕਿਤੇ ਸਾਡੀ ਜ਼ਰੂਰਤ ਹੈ ਕਿਤੇ ਰਾਸ਼ਨ ਨਹੀਂ ਪਹੁੰਚ ਰਿਹਾ ਜਿੱਥੇ ਕਿ ਪੰਜਾਬ ਦੇ ਹੋਰ ਇਲਾਕੇ ਜਿਹੜੇ ਹੜ੍ਹਾਂ ਪ੍ਰਭਾਵਿਤ ਨੇ ਜਿੱਥੇ ਰਾਸ਼ਨ ਨਹੀਂ ਪਹੁੰਚ ਰਿਹਾ ਦਵਾਈਆਂ ਨਹੀਂ ਪਹੁੰਚ ਰਹੀਆਂ ਉਹ ਸਾਡੇ ਨਾਲ ਸੰਪਰਕ ਕਰੋ। ਬਾਕੀ ਇੱਥੇ ਜਿਹੜੇ ਹਾਲਾਤ ਬਿਲਕੁਲ ਠੀਕ ਨੇ, ਇੱਥੇ ਜੇ ਤੁਹਾਨੂੰ ਕੋਈ ਲੋੜ ਪਈ ਤਾਂ ਅਸੀਂ ਫਿਰ ਦੁਬਾਰਾ ਵੀਡੀਓ ਪਾਵਾਂਗੇ। ਇੱਥੇ ਹਜੇ ਫਿਲਹਾਲ ਰਾਸ਼ਨ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਹੈਗੀ। ਇੱਥੋਂ ਦੇ ਜਿਹੜੇ ਬਹੁਤ ਸਾਰੇ ਭਰਾਵਾਂ ਨੇ ਇੱਥੇ ਟਰਾਲੀਆਂ ਟਰਾਲੀਆਂ ਰਾਸ਼ਨ ਭਰ ਕੇ ਆਈਆਂ ਨੇਗੀਆਂ। ਰਾਸ਼ਨ ਆਮ ਕਰਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰ ਜਿੱਥੇ ਹੋਰ ਜ਼ਰੂਰਤ ਆ, ਕਿਉਂਕਿ ਪੰਜਾਬ ਦੇ ਵਿੱਚ ਮੈਂ ਦੇਖਿਆ ਕਿ ਉੱਧਰ ਸਤਲੁਜ ਵਾਲਾ ਏਰੀਆ ਜਾਂ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਜਾਂ ਘੱਗਰ ਦਾ ਏਰੀਆ, ਘੱਗਰ ਤੋਂ ਅੱਗੇ ਦਾ ਏਰੀਆ ਜਿੱਧਰ ਹਰਿਆਣੇ ਦਾ ਏਰੀਆ ਉੱਧਰ ਦੀ ਗੱਲ ਕਰੀਏ, ਉੱਥੇ ਰਾਸ਼ਨ ਦੀ ਜ਼ਰੂਰਤ ਆ, ਉੱਥੇ ਰਾਸ਼ਨ ਜਿਹੜਾ ਜ਼ਰੂਰ ਪਹੁੰਚਾਇਆ ਜਾਵੇ। ਇਸ ਕਰਕੇ ਇਹੀ ਤੁਹਾਡੇ ਅੱਗੇ ਬੇਨਤੀਆਂ ਕਰਦੇ ਹਾਂ। ਅਤੇ ਬਾਕੀ ਮੈਂ ਸਾਰਿਆਂ ਦਾ ਅਸੀਂ ਦੁਬਾਰੇ ਫਿਰ ਧੰਨਵਾਦ ਕਰਦੇ ਹਾਂ ਨੌਜਵਾਨਾਂ ਦਾ, ਖਾਸ ਕਰਕੇ ਪਿੰਡਾਂ ਵਾਲੇ ਨੌਜਵਾਨਾਂ ਦਾ ਜਿਨ੍ਹਾਂ ਨੂੰ ਅਸੀਂ ਲੋਫਰ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਹੁੱਲੜਵਾਜ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਫੁਕਰੇ ਜੱਟ ਵੀ ਕਹਿ ਦਿੰਦੇ ਹਾਂ, ਪਰ ਉਹ ਹੈ ਕਿਸਾਨਾਂ ਦੇ ਧੀ ਪੁੱਤ ਨੇਗੇ। ਅੱਜ ਸਾਰੇ ਹੀ ਉਹ ਕਿਸਾਨਾਂ ਦੇ ਪੁੱਤ ਫਸਲਾਂ ਡੁੱਬੀਆਂ ਪਈਆਂ ਨੇਗੀਆਂ ਇੱਥੇ, ਪਰ ਉਹ ਮਨੁੱਖਤਾ ਨੂੰ ਬਚਾਉਣ ਦੇ ਲਈ ਖੜੇ ਹੋਏ ਨੇਗੇ। ਉਹਨਾਂ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਦੁਬਾਰਾ ਫਿਰ ਅਸੀਂ ਇਹੀ ਗੱਲ ਕਹਿੰਦੇ ਹਾਂ ਵੀ ਜਿੱਥੇ ਜ਼ਰੂਰਤ ਆ ਉੱਥੇ ਪਹੁੰਚਾਇਆ ਜਾਵੇ। ਇੱਥੇ ਪਟਿਆਲੇ ਦੇ ਹਾਲਾਤ ਠੀਕ ਨੇਗੇ, ਇਕੱਲੇ ਇਕੱਲੇ ਨੌਜਵਾਨ ਦਾ, ਖਾਸ ਕਰਕੇ ਸਾਡੀ ਸਿੱਖ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿਸੇ ਬਿਨਾਂ ਕਿਸੇ ਪਰਵਾਹ ਕੀਤੇ ਹੋਏ ਆਪਣੀਆਂ ਇੱਥੇ ਕੱਲ੍ਹ ਪਰਸੋਂ ਦੇ ਜਿਹੜੇ ਡਿਊਟੀਆਂ ਨਿਭਾਈਆਂ ਹੋਈਆਂ ਨੇਗੀਆਂ। ਜਿੱਥੇ ਕਿਤੇ ਹੋਰ ਜ਼ਰੂਰਤ ਆ ਉੱਥੇ ਤੁਸੀਂ ਦੱਸੋ, ਉੱਥੇ ਰਾਸ਼ਨ ਪਹੁੰਚਾਇਆ ਜਾਵੇ। ਤੁਸੀਂ ਕੋਈ ਗੱਲ ਕੋਈ ਕਹਿਣਾ ਚਾਹੁੰਦੇ ਹੋ ਤੁਸੀਂ ਭਾਈ, ਕੋਈ ਤੁਹਾਡੇ ਕੋਈ ਵਿਚਾਰ ਦੱਸੋ। ਮੈਂ ਤੁਹਾਡਾ ਰੋਕੇ, ਤੁਸੀਂ ਮਾਨਸਾ ਤੋਂ ਆਵਰੇ, ਮੈਂ ਸਨੈਕ ਰੈਸਕਿਊ ਕਰਦਾ ਸਾਹਿਬ। ਹਾਂਜੀ, ਪਾਣੀ ਕਰਕੇ ਨਾ ਹੁਣ ਘਰਾਂ 'ਚ ਵੜਨਗੇ ਸਭ। ਹਾਂ, ਤੁਸੀਂ ਬੋਲ ਦਿਓ ਵੀ ਜੇ ਵੀ ਇੱਦਾਂ ਦਾ ਡਰ ਦਾ ਮਾਹੌਲ ਬਣਿਆ ਕਿਤੇ ਘਰੇ ਵੜਿਆ ਤਾਂ ਸਾਨੂੰ ਹੁਣ ਦੱਸ ਸਕਦੇ। ਆਹ ਦੇਖੋ ਕਿੱਡੀ ਵਧੀਆ ਜਿਹੜੀ ਸੇਵਾ ਨਿਭਾਉਣ ਲਈ ਮੁੰਡੇ ਆਏ ਨੇ ਮਾਨਸਾ ਤੋਂ, ਜਿਹੜਾ ਕਿ ਪਾਣੀ ਦੇ ਵਿੱਚ ਸੱਪ ਆ ਜਾਂਦੇ ਨੇਗੇ, ਕਿਉਂ ਘਰਾਂ ਦੇ ਵਿੱਚ ਸੱਪ ਵੜ ਜਾਂਦੇ ਨੇਗੇ, ਫੁੱਟਾਂ 'ਚ ਬੜੇ ਹੋਏ, ਫੁੱਟਾਂ ਦੇ ਵਿੱਚ ਸੱਪ ਤੋਂ ਫੜ ਲੈਣੇ ਹੋ, ਫੜ ਲੈਣੇ। ਦਵਾਈ ਦੂਈ ਵੀ ਹੈਗੀ ਤੁਹਾਡੇ ਕੋਲ? ਨਹੀਂ, ਦਵਾਈ ਕੁਛ ਨਹੀਂ ਹੈਗੀ, ਬਸ ਰੈਸਕਿਊ ਕਰ ਲਾਂਗੇ। ਅੱਛਾ, ਫੜ ਲੈਣੇ ਸੱਪ ਨੂੰ, ਫਿਰ ਤੁਹਾਡਾ ਕੋਈ ਨੰਬਰ ਬੋਲ ਦਈਏ ਵੀ ਤੁਹਾਨੂੰ ਦੇ ਸਕਦਾ। ਨੰਬਰ ਇਹਨਾਂ ਦਾ ਮਾਨਸਾ ਤੋਂ ਆਇਆ ਮੁੰਡਾ ਹੈ ਸਪੈਸ਼ਲ, ਜੇ ਕਿਤੇ ਘਰਾਂ 'ਚ ਸੱਪ ਆ ਗਿਆ ਪਾਣੀ ਸੱਪ ਉਹਦਾ ਨੰਬਰ ਬੋਲੋ ਬਾਈ ਕਿੰਨਾ? 98035 ਜੀ 98200। 98035 98200। ਸਾਡੇ ਸਾਰੇ ਨੌਜਵਾਨ ਅਲੱਗ ਅਲੱਗ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਜਿਨ੍ਹਾਂ ਨੂੰ ਕਿਤੇ ਫੁਕਰੇ ਕਹਿ ਕੇ ਗਿਣਿਆ ਜਾਂਦਾ ਸੀਗਾ ਸਾਰੇ ਨੌਜਵਾਨ ਕਿਵੇਂ ਜਿਹੜੀ ਸੇਵਾ ਨਿਭਾ ਰਹੇ ਨੇਗੇ ਸਾਰੇ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ। 10-10 ਲੱਖ ਦੇ ਕਈ ਦਾ ਟਰੈਕਟਰ ਖਰਾਬ ਹੋ ਗਏ ਇੱਥੇ ਬਾਈ ਸਾਰੇ। ਕੀ ਵਾਲਾ ਵੀਰੇ, ਬਾਬੇ ਉਹ ਟਰਾਲੀਆਂ ਦੇ ਟਰਾਲੀਆਂ ਚੜਾਤੀਆਂ, ਟਰਾਲੀਆਂ ਟਰਾਲੀਆਂ ਸਮਾਨ ਦੇ ਚੜ੍ਹ ਗਈਆਂ।